ਉਹ ਚੱਲੀ ਜਾ ਰਿਹਾ ਹੈ। ਕੀ ਅਸੀਂ ਜਦੋਂ ਆਂਢੀਆਂ ਗਵਾਂਢੀਆਂ ਨੂੰ ਹਾਲ ਚਾਲ ਪੁੱਛ ਰਹੇ ਹਾਂ ਵੀ ਕੀ ਹਾਲ ਆ ਤੇਰੀ ਫਸਲ ਵਾੜੀ ਦਾ, ਹੋਰ ਠੀਕ ਠਾਕ ਹੈ ਬੱਚੇ ਪਰਿਵਾਰ ਚੜ੍ਹਦੀ ਕਲਾ 'ਚ, ਪਰ ਜਿਹੜਾ ਹੱਥ ਇੱਧਰ ਚੱਲੀ ਜਾ ਰਿਹਾ ਹੈ ਸਿਮਰਨ ਵਾਲੇ ਜਪ ਮਾਲੀ ਫੜ ਕੇ, ਤੁਸੀਂ ਕੀ ਇਹ ਦੱਸੋ ਵੀ ਹਾਲ ਚਾਲ ਇਹ ਪੁੱਛਿਆ ਜਾ ਰਿਹਾ ਵੀ ਠੀਕ ਠਾਕ ਹੈ, ਅਤੇ ਆਪਾਂ ਕਹੀਏ ਵੀ ਨਾਲ ਨਾਲ ਇਹ ਮਾਲਾ ਦਾ ਸਰਕਲ ਵੀ ਚੱਲੀ ਜਾ ਰਿਹਾ, ਇਹ ਸਿਮਰਨ ਹੋ ਰਿਹਾ, ਕੀ ਇਹ ਸਿਮਰਨ ਹੈ? ਨਹੀਂ। ਗੁਰਬਾਣੀ ਦਾ ਪਾਵਨ ਬਚਨ ਹੈ ਵੀ ਹਿਰਦੈ ਰਾਮ ਨਾ ਚੇਤੇ, ਜਿੰਨੀ ਦੇਰ ਹਿਰਦਾ ਨਹੀਂ ਨਾ ਚੇਤੇ ਕਰੇਗਾ। ਇਹ ਜਪਨੀ ਕਿਆ ਹੋਏ, ਇਹ ਜਿੰਨੀਆਂ ਮਰਜ਼ੀ ਕੋਈ ਫੇਰ ਲਵੇ ਨਹੀਂ ਬਣਨੀ ਗੱਲ। ਚਲੋ ਜਿਹੜਾ ਫੇਰਦਾ ਉਹਨੂੰ ਮੁਬਾਰਕ, ਅਸੀਂ ਇਹ ਨਹੀਂ ਕਵਾਂਗੇ ਵੀ ਉਹ ਬੰਦ ਕਰ ਦੇਵੇ, ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਵੀ ਹਿਰਦੇ ਕਰਕੇ ਕਰੇ, ਨਾ ਕਿ ਸਿਰਫ ਆ ਸਾਡੇ ਹੱਥਾਂ ਤੱਕ ਹੀ ਸੀਮਤ ਰਹਿ ਜੇ ਮਾਲਾ, ਹਰਥਾਂ ਕਰਕੇ। ਹਿਰਦੇ ਕਰਕੇ ਜਪਿਆ ਹੋਇਆ ਵਾਹਿਗੁਰੂ ਦੇ ਦਰ ਕਬੂਲਿਆ ਜਾਏਗਾ। ਗੁਰੂ ਰਾਮਦਾਸ ਮਹਾਰਾਜ ਨੇ ਗੁਰਮੁਖੋਂ ਅੱਜ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਸੁਕ੍ਰਿਤ ਸੁਕ੍ਰਿਤ, ਅਸੀਂ ਚੰਗੀ ਕਿਰਤ ਨੂੰ ਵੀ ਕਹਿੰਦੇ ਹਾਂ, ਚੰਗੇ ਕੰਮ ਨੂੰ ਵੀ ਸੁਕ੍ਰਿਤ, ਚੰਗੀ ਕਿਰਤ ਚੰਗਾ ਕੰਮ। ਸਾਨੂੰ ਤੁਹਾਨੂੰ ਕੋਈ ਪੁੱਛੇ ਵੀ ਚੰਗਾ ਕੰਮ ਕਿਹੜਾ ਹੈ, ਅਸੀਂ ਆਪਣੇ ਨਜ਼ਰੀਏ ਨਾਲ ਦੱਸ ਦਾਂਗੇ ਵੀ ਬੰਦੇ ਨੂੰ ਪੜ੍ਹ ਲਿਖ ਕੇ ਕੋਈ ਫੈਕਟਰੀ ਲਾਉਣੀ ਚਾਹੀਦੀ, ਬੜਾ ਕੰਮ ਹੈ, ਬੜੀ ਇਨਕਮ ਹੈ। ਪਰ ਜਦੋਂ ਧਰਮ ਦੇ ਦਰ 'ਤੇ ਆ ਕੇ ਬੈਠੀਏ ਧਰਮਸ਼ਾਲਾ ਵਿੱਚ, ਗੁਰੂ ਘਰ ਵਿੱਚ, ਅਤੇ ਉਦੋਂ ਜਦੋਂ ਕੋਈ ਇੱਦਾਂ ਦੇ ਸ਼ਬਦ ਆਉਣ ਸੁਕ੍ਰਿਤ ਕੰਮ ਲਈ, ਸਭ ਤੋਂ ਚੰਗਾ ਕੰਮ ਕਿਹੜਾ ਹੈ, ਅਤੇ ਉਹ ਫਿਰ ਦੁਨੀਆਂ ਦੇ ਫੀਲਡ ਵਾਲਾ ਨਹੀਂ ਗੁਰਬਾਣੀ ਸਾਨੂੰ ਇਸ਼ਾਰਾ ਕਰ ਰਹੀ ਵੀ ਕਾਰਖਾਨਾ ਲਾ ਲੈਣਾ ਚਾਹੀਦਾ, ਉਹ ਕਰ ਲੈਣਾ ਚਾਹੀਦਾ, ਜਾਂ ਹੋਰ ਨਹੀਂ ਤਾਂ ਚਲੋ ਹੁਣ ਤਾਂ ਮੰਨਦਾ ਹੈ ਬੰਦੇ ਨੂੰ ਪ੍ਰੋਪਰਟੀ ਡੀਲਰ ਬਣ ਜਾਣਾ ਚਾਹੀਦਾ, ਇਹਦੇ 'ਚ ਵੀ ਚੋਖਾ ਚੋਖੀ ਕੰਮ ਹੈ, ਚੋਖੀ ਕਮਾਈ ਹੈ। ਸੁਕ੍ਰਿਤ ਸ਼ਬਦ ਦੇ ਅਰਥ ਨੇ ਚੰਗਾ ਕੰਮ, ਅਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵੀ ਜੀਵਨ ਦੇ ਅੰਦਰ ਸਭ ਤੋਂ ਚੰਗਾ ਕੰਮ ਕਿਹੜਾ, ਜਿਹੜਾ ਇੱਥੇ ਵੀ ਅਤੇ ਅੱਗੇ ਆਤਮਾ ਦੇ ਨਾਲ ਨਿਭੇ। ਹੁਣ ਇਹ ਤਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜੋ ਅਸੀਂ ਇੱਥੇ ਦੁਨੀਆਂ ਵਿੱਚ ਧੰਦੇ ਪਿੱਟ ਰਹੇ ਹਾਂ, ਇਹ ਅੱਗੇ ਨਹੀਂ ਸਾਡੇ ਕੰਮ ਆਉਣ ਵਾਲੇ, ਇਹ ਪਤਾ ਹੈ ਸਾਨੂੰ। ਵੱਖਰੀ ਗੱਲ ਵੀ ਅਸੀਂ ਜਾਣ ਬੁੱਝ ਕੇ ਮਚਲੇ ਹੋ ਜਾਈਏ, ਨਾ ਆਪਣੇ ਆਉਣ ਵਾਲੇ ਅੱਗੇ ਪ੍ਰਤੀ ਅਸੀਂ ਵਫ਼ਾਦਾਰ ਸੁਚੇਤ ਹੋਈਏ, ਉਹ ਗੱਲ ਵੱਖਰੀ ਹੈ। ਕਿਉਂਕਿ ਜਿਹੜਾ ਮੋਹ ਮਿੱਠਾ ਮਾਇਆ ਦਾ ਲਾਇਆ ਵਾਹਿਗੁਰੂ ਨੇ, ਇਹ ਇੰਨਾ ਮਿੱਠਾ ਹੈ, ਇੰਨਾ ਮਿੱਠਾ ਹੈ ਬਈ ਇਸ ਦੁਨੀਆਂ ਵਿੱਚ ਆ ਕੇ ਫਿਰ ਇਸ ਦੁਨੀਆਂ ਦੇ ਮਿੱਠੇ ਮੋਹ ਨੂੰ ਛੱਡਣ ਨੂੰ ਚੇਤੀ ਕੋਈ ਨਹੀਂ ਕਰਦਾ। ਇਹ ਮਿੱਠਾ ਹੈ, ਹਜ਼ੂਰ ਬਖਸ਼ਿਸ਼ ਕਰਦੇ ਨੇ ਗੁਰਮੁਖੋ ਸਾਹਿਬ ਕਹਿੰਦੇ ਨੇ ਸੁਕ੍ਰਿਤ ਕਰਨੀ ਸਾਰ ਜਪ ਮਾਲੀ, ਚੰਗਾ ਕੰਮ ਚੰਗੀ ਕਿਰਤ ਚੰਗਾ ਕੰਮ ਕੀ ਹੈ, ਵਾਹਿਗੁਰੂ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ, ਸਭ ਤੋਂ ਉੱਤਮ ਕੰਮ ਹੈ, ਔਰ ਇਸੇ ਕੰਮ ਲਈ ਸਾਨੂੰ ਤੁਹਾਨੂੰ ਆ ਪੰਜ ਭੂਤਕ ਸਰੀਰ ਵਾਹਿਗੁਰੂ ਨੇ ਦਿੱਤਾ ਵੀ ਇਹਦੇ ਨਾਲ ਤੂੰ ਬੰਦਗੀ ਕਰ।
ਇਹ ਚੰਗੀ ਕਿਰਤ ਹੈ। ਸੁਕ੍ਰਿਤ ਕਰਨੀ ਸਾਰ ਜਪ ਮਾਲੀ, ਮਹਾਰਾਜ ਕਹਿੰਦੇ ਵੀ ਆਪਣੇ ਜੀਵਨ ਵਿੱਚ ਬਹਿੰਦਿਆਂ ਉੱਠਦਿਆਂ ਵਾਹਿਗੁਰੂ ਦੇ ਨਾਮ ਦੀ ਕਿਰਤ ਕਰਨੀ, ਵਾਹਿਗੁਰੂ ਦੇ ਨਾਮ ਦਾ ਕੰਮ ਕਰਨਾ, ਬੰਦਗੀ ਕਰਨੀ, ਭਜਨ ਕਰਨਾ, ਇਹਨੂੰ ਆਪਣੀ ਜਪ ਮਾਲੀ ਬਣਾ, ਸਿਮਰਨਾ ਬਣਾ, ਇਹਨੂੰ ਮਾਲਾ ਬਣਾ ਵੀ ਬਹਿੰਦਿਆਂ ਉੱਠਦਿਆਂ ਤੈਨੂੰ ਰੱਬ ਦਾ ਨਾਮ ਹਿਰਦੇ ਵਿੱਚੋਂ ਸੁਰਤ ਵਿੱਚੋਂ ਭੁੱਲੇ ਨਾ। ਸੁਕ੍ਰਿਤ ਕਰਨੀ ਸਾਰ ਜਪ ਮਾਲੀ, ਅੱਗੇ ਬਖਸ਼ਿਸ਼ ਕੀਤੀ ਉਹਨੇ, ਕਹਿੰਦੇ ਹਿਰਦੈ ਫੇਰ, ਇਹ ਮਾਲਾ ਹੱਥ 'ਚ ਨਹੀਂ ਫਿਰਨੀ, ਨਾ ਹੀ ਗੁਰੂ ਸਾਹਿਬ ਕਹਿੰਦੇ ਨੇ ਵੀ ਹੱਥ ਨਾਲ ਇਹਨੂੰ ਫੇਰ। ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ, ਇਹ ਹਿਰਦੇ 'ਚ ਫਿਰਨੀ। ਮੈਂ ਮਾਫ਼ੀ ਮੰਗ ਅਰਜ ਕਰਾਂ, ਵਾਹਿਗੁਰੂ ਨੇ ਕਿਸੇ ਨੂੰ ਆਹ ਹੱਥ ਨਾ ਵੀ ਨਾ ਦਿੱਤੇ ਹੁਣ, ਨਾ ਵੀ ਉਹ ਵੀ ਇਹ ਮਾਲਾ ਚਲਾ ਸਕਦਾ, ਕਿਉਂਕਿ ਇਹਦਾ ਵਿਸ਼ਾ, ਇਹਦਾ ਸੰਬੰਧ ਇਹਨਾਂ ਹੱਥਾਂ ਨਾਲ ਨਹੀਂ ਹੈ। ਇਹ ਮਾਲਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹਿਰਦੇ ਨਾਲ ਚੱਲਣੀ, ਇਹਦਾ ਸੰਬੰਧ ਹਿਰਦੇ ਨਾਲ ਹੈ, ਹਿਰਦੇ ਨੇ ਫੇਰਨੀ ਹੈ। ਔਰ ਇਹ ਮਾਲਾ, ਹੋਰ ਮਾਫ਼ੀ ਮੰਗ ਅਰਜ ਕਰਾਂ ਵੀ, ਬਾਜ਼ਾਰ ਵਿੱਚੋਂ ਵੀ ਨਹੀਂ ਮਿਲਣੀ, ਇਹ ਖੁਦ ਤਿਆਰ ਵੀ ਜਿਹਨੇ ਫੇਰਨੀ ਉਹਨੂੰ ਕਰਨੀ ਪੈਣੀ ਹੈ। ਨਾ 100-50 ਰੁਪਈਆ ਦੇ ਕੇ ਅਸੀਂ ਲੈ ਸਕਦੇ ਵੀ ਲੈ ਆ ਮਾਲਾ ਤੇਰੇ ਕੋਲ ਪਈ ਹੈ 10 ਕਿੰਨੇ, ਉਹ ਕਹਿੰਦਾ ਵੀ ਰੁਪਈਆ 100 ਅਸੀਂ ਦਵਾ ਦਵ ਖੀਸੇ 'ਚੋਂ ਕੱਢ ਕੇ ਦੇ ਦਿੰਦੇ ਹਾਂ ਵੀ ਲੈ ਲਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹਿਰਦੈ ਫੇਰ, ਜਦੋਂ ਇਹ ਮਾਲਾ ਤੂੰ ਫੇਰੇਗਾ ਨਾ, ਸੁਕ੍ਰਿਤ ਕਰਨੀ ਚੰਗੀ ਕਿਰਤ ਸਾਰ ਜਪ ਮਾਲੀ, ਇਹਨੂੰ ਮਾਲਾ ਬਣਾਏਗਾ, ਹਿਰਦੈ ਫੇਰ, ਇਹਨੂੰ ਹਿਰਦੇ ਵਿੱਚ ਫੇਰਿਆ ਕਰ। ਮਹਾਰਾਜ ਕੀ ਹੋਏਗਾ, ਇਹ ਗੁਰੂ ਰਾਮਦਾਸ ਮਹਾਰਾਜ ਦੇ ਬੋਲ ਨੇ, ਸਾਹਿਬ ਕਹਿੰਦੇ ਚੱਲੈ ਤੁਧ ਨਾਲੀ, ਚੱਲੈ ਤੁਧ ਨਾਲੀ। ਬੜਾ ਗੂੜ ਭਾਵ ਹੈ ਇਹਨਾਂ ਬਚਨਾਂ ਵਿੱਚ ਵੀ, ਅਸੀਂ ਤੁਸੀਂ ਇਹ ਨਹੀਂ ਵੀ ਸਿਰਫ ਜਿੰਨੇ ਕੋ ਆਪਾਂ ਗੁਰੂ ਦੀ ਚਾਰ ਦੁਆਰੀ ਵਿੱਚ ਬੈਠੇ, ਸਿਰਫ ਸਾਡੇ ਨਹੀਂ, ਸਮੁੱਚੇ ਸੰਸਾਰ ਲਈ, ਕਿਉਂਕਿ ਸੰਸਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਵੀ ਚਲਾਏ ਮਨ। ਇੱਥੇ ਅਸੀਂ ਤੁਸੀਂ ਕਿ ਕਿਸੇ ਵੀ ਬੈਠ ਨਹੀਂ ਰਹਿਣਾ, ਅਸੀਂ ਚਲੇ ਜਾਣਾ। ਇਹ ਉਸ ਚਲੇ ਜਾਣ ਵਾਲੇ ਪਾਸੇ ਇਸ਼ਾਰਾ ਹੈ ਬਈ, ਇਹ ਜਿਹੜੀ ਮਾਲਾ ਹੈ ਨਾ, ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ, ਇਹ ਚੱਲੈ ਤੁਧ ਨਾਲੀ। ਜਿੱਦਣ ਆਹ ਦੁਨੀਆ ਛੱਡ ਕੇ ਜਾਣਾ ਹੈ ਨਾ ਇਸ ਦੁਨੀਆ ਤੋਂ, ਐਸੇ ਫੇਰੀ ਹੋਈ ਮਾਲਾ ਦੇ ਨਾਲ ਵਾਹਿਗੁਰੂ ਦੇ ਘਰ ਕਬੂਲਿਆ ਜਾਣਾ ਹੈ, ਦੂਜੀਆਂ ਨਾਲ ਨਹੀਂ। ਦੂਜੀਆਂ ਤਾਂ ਕਈ ਵਾਰ ਗੁਰਮੁਖੋ ਹੰਕਾਰ ਕਰਾ ਦਿੰਦੀਆਂ ਨੇ। ਇਸੇ ਗੱਲ ਦਾ ਹੀ ਬੜਾ ਮਾਣ ਹੈ ਵੀ ਮੈਂ ਆਹ ਮਾਲਾ ਇੰਨੀ ਵਾਰ ਫੇਰੀ ਹੈ, ਤੂੰ ਫੇਰੀ ਹੈ ਅਤੇ ਤੂੰ ਦੂਜੇ ਨੂੰ ਕਿਉਂ ਦੱਸ ਰਿਹਾ ਫਿਰ, ਤੂੰ ਫੇਰੀ ਮੁਬਾਰਕ ਤੈਨੂੰ, ਤੇਰੀ ਫੇਰੀ ਕੋਈ ਮਾਲਾ ਨਾਲ ਉਹਨੂੰ ਕੋਈ ਲਾਭ ਨਹੀਂ, ਬਲਕਿ ਤੈਨੂੰ ਅੰਤਰ ਆਤਮੇ ਇਸ ਗੱਲ ਦਾ ਮਾਣ ਹੰਕਾਰ ਹੋਏਗਾ ਵੀ ਮੈਂ ਜਪਿਆ, ਮੈਂ ਫੇਰੀ ਨਹੀਂ। ਹਜ਼ੂਰ ਕਹਿੰਦੇ ਨੇ ਹਿਰਦੈ ਫੇਰ ਚੱਲੈ ਤੁਧ ਨਾਲੀ, ਇਹਨੂੰ ਆਪਣੇ ਹਿਰਦੇ ਘਰ ਵਿੱਚ ਫੇਰਿਆ ਕਰ।
ਇਹ ਤੇਰੇ ਨਾਲ ਜਾਏਗੀ ਮਾਲਾ। ਜਿੱਦਣ ਆ ਸਰੀਰ ਚੱਕ ਕੇ ਆਪਣੇ ਅੰਗ ਸਾਕ ਭੈਣ ਭਰਾ ਫੂਕ ਦੇਣਗੇ ਨਾ, ਫੂਕ ਕੁਛ ਵੀ ਨਹੀਂ ਆ, ਜਿਹੜਾ ਉੱਪਰ ਖੱਫਣ ਦੇ ਤੌਰ 'ਤੇ ਪਾਇਆ ਬਸਤਰ ਇਹ ਵੀ ਸੜ ਜਾਏਗਾ। ਸਿਰਫ ਆਤਮਾ ਅੱਗੇ ਆਪਣੇ ਸਫ਼ਰ 'ਤੇ ਜਦੋਂ ਨਿਕਲੇਗੀ ਅਤੇ ਇਹ ਜਪ ਮਾਲੀ ਜਿਹੜੀ ਹੈ ਨਾ, ਇਹ ਵਾਹਿਗੁਰੂ ਦਾ ਕੀਤਾ ਹੋਇਆ ਭਜਨ ਬੰਦਗੀ ਹਿਰਦੇ ਕਰਕੇ ਇਹ ਨਾਲ ਨਿਭੇਗੀ। ਇਹ ਚੱਲੇ ਤੁਧ ਨਾਲੀ, ਗੁਰੂ ਗਰੰਟੀ ਦੇ ਰਹੇ ਨੇ ਵੀ ਇਹ ਨਾਲ ਜਾਏਗੀ। ਅਤੇ ਸਾਨੂੰ ਫਿਰ ਅੱਜ ਤੋਂ ਧਈਆ ਕਰਨਾ ਚਾਹੀਦਾ ਵੀ ਜਿਹੜੀ ਚੀਜ਼ ਨਾਲ ਜਾਣੀ ਆ ਉਹਦਾ ਤਾਂ ਬੈਲੈਂਸ ਜ਼ੀਰੋ, ਅਤੇ ਜਿਹੜੀ ਨਹੀਂ ਜਾਣੀ ਉਹ ਅਸੀਂ ਆਪਣੀ ਲੋੜ ਤੋਂ ਵੀ ਵੱਧ ਹੋਰ ਜੋੜੀ ਜਾ ਰਹੇ ਵੀ ਕਰ ਲਓ ਇਕੱਠੇ, ਕੀ ਪਤਾ ਪਰਤ ਕੇ ਮੌਕਾ। ਇਹ ਨਹੀਂ ਵੀ ਗੁਰਬਾਣੀ ਕਹਿੰਦੀ ਵੀ ਇਕੱਠੇ ਨਾ ਕਰੀਏ, ਹਾਂ ਜਿੰਨੀ ਕੁ ਲੋੜ ਹੈ ਉਹ ਹੋ ਗਏ ਨੇ, ਹੁਣ ਹੋਰ ਕੰਮ ਜਿਹੜਾ ਅਸਲ ਕਰਨ ਵਾਸਤੇ ਆਏ ਹਾਂ ਉੱਧਰ ਵੀ ਤਾਂ ਤੁਰੀਏ ਨਾ, ਉਹਨੂੰ ਵੀ ਤਾਂ ਹੱਥ ਪਾਉਣਾ ਫਰਜ਼ ਬਣਦਾ ਹੈ ਨਾ। ਇਹ ਤਾਂ ਨਹੀਂ ਵੀ ਇੱਕ ਪਾਸੇ ਬਹੁਤਾ ਹੀ ਜ਼ੋਰ ਲਾ ਦਈਏ ਅਤੇ ਇੱਕ ਪਾਸੇ ਅਸੀਂ ਵਿਚਾਰੀਏ ਨਾ। ਇਹ ਇੱਦਾਂ ਦੀ ਕਿੱਸਾ ਕਹਾਣੀ ਸਾਡੇ ਜੀਵਨ ਦੀ ਗੁਰਮੁਖੋਂ ਬਣ ਜਾਂਦੀ ਹੈ ਵੀ ਜਿਵੇਂ ਪੰਛੀ ਹੋਏ ਪੰਛੀ ਅਤੇ ਉਹ ਜਦੋਂ ਪ੍ਰਵਾਜ਼ ਲੈਂਦਾ ਹੈ ਉਡਾਰੀ ਮਾਰਦਾ ਨਾ, ਤੁਸੀਂ ਕਦੀ ਵੇਖਿਓ ਉਹਦੇ ਦੋਨੇ ਖੰਭ ਬਰਾਬਰ ਹੋਣਗੇ ਨਾ, ਬਰਾਬਰ ਉਹ ਬੜਾ ਉੱਚਾ ਅਸਮਾਨ ਵਿੱਚ ਉੱਡੇਗਾ, ਬੜਾ ਉੱਚਾ। ਹੁਣ ਕਿਸੇ ਕਾਰਨ ਵੀ ਉਹਦੇ ਉੱਡਦਾ ਖੰਭ ਕਿਤੇ ਕੱਟਿਆ ਜਾਏ ਜਾਂ ਕਿਤੇ ਉਹ ਕਿਸੇ ਚੀਜ਼ ਵਿੱਚ ਟਕਰਾ ਜਾਏ, ਇੱਕ ਖੰਭ ਉਹਦਾ ਜ਼ਖਮੀ ਹੋ ਗਿਆ, ਕਮਜ਼ੋਰ ਹੋ ਗਿਆ। ਤੁਸੀਂ ਵੇਖੋ ਕਈ ਵਾਰ ਘਰਾਂ ਦੇ ਬਨੇਰਿਆਂ 'ਤੇ ਘਰਾਂ ਦੀਆਂ ਕੰਧਾਂ 'ਤੇ ਆ ਬੱਚੇ ਪਤੰਗ ਉਡਾਉਂਦੇ ਨੇ, ਉਹ ਪਤੰਗ ਦੀ ਡੋਰ ਨਾਲ ਕਈ ਜ਼ਖਮੀ ਪੰਛੀ ਸਾਡੇ ਤੁਹਾਡੇ ਘਰਾਂ 'ਚ ਉਹਨਾਂ ਦੀ ਝਲਕ ਪੈ ਜਾਏਗੀ। ਉਹਦਾ ਇੱਕ ਖੰਭ ਬੱਚੇ ਨੇ ਪਤੰਗ ਉਡਾਈ, ਉਹਦੀ ਡੋਰ ਨਾਲ ਟਕਰਾਇਆ ਅਤੇ ਡੋਰ ਨੇ ਉਹਦੇ ਖੰਭ ਨੂੰ ਕੱਟਤਾ, ਜ਼ਖਮੀ ਹੋ ਗਿਆ। ਹੁਣ ਉਹ ਪੰਛੀ ਕੋਲ ਖੰਭ ਨੇ, ਇੱਕ ਖੰਭ ਪੂਰਾ ਸਲਾਮਤ ਹੈ, ਸਹੀ ਹੈ, ਇੱਕ ਕਮਜ਼ੋਰ ਹੈ। ਹੁਣ ਉਹ ਵਿਚਾਰਾ ਉਡਾਰੀ ਨਹੀਂ ਮਾਰ ਸਕਦਾ। ਦੋਨੇ ਬਰਾਬਰ ਤਾਕਤਵਰ ਹੋਣਗੇ ਅਤੇ ਗੱਲ ਤਾਂ ਬਣਨੀ। ਅਸੀਂ ਇਹ ਵੀ ਨਹੀਂ ਵੀ, ਹਾਂ ਇੱਕ ਗੱਲ ਹੋਰ ਅਰਜ਼ ਕਰਦੇ ਹਾਂ ਬਈ ਧਰਮ ਦੇ ਖੰਭ ਜਿਹੜੇ ਕਮਜ਼ੋਰ ਹੋਣੇ ਨਹੀਂ ਚਾਹੀਦੇ, ਜਪਣ ਵਾਲੇ ਪੱਖ ਤੋਂ ਨਹੀਂ ਪਛੜਨਾ ਚਾਹੀਦਾ, ਕਿਉਂਕਿ ਇਹਨਾਂ ਨਾਲ ਹੀ ਇਸ ਆਤਮਾ ਨੇ ਉਡਾਰੀ ਮਾਰ ਨਿਰੰਕਾਰ ਪਰਮਾਤਮਾ ਦੇ ਘਰ ਤੱਕ ਪਹੁੰਚਣਾ ਹੈ। ਅਤੇ ਜੇ ਖੰਭ ਹੀ ਕਮਜ਼ੋਰ ਹੋਏ ਸਿਮਰਨ ਵਾਲੇ ਬੰਦਗੀ ਵਾਲੇ ਪੱਖ ਤੋਂ, ਜਿਸ ਸੰਸਾਰ ਵਿੱਚ ਰਹਿੰਦਿਆਂ ਬਹੁਤਾ ਧਿਆਨ ਇੱਧਰ ਲਾਤਾ ਅਤੇ ਨਿਰੰਕਾਰ ਵਾਲੇ ਪਾਸੇ ਧਿਆਨ ਗਿਆ ਹੀ ਕੋਈ ਨਹੀਂ, ਪਛੜ ਗਏ। ਇੱਕ ਖੰਭ ਬੜਾ ਦੁਨੀਆ ਵਾਲਾ ਤਕੜਾ ਬਣ ਗਿਆ ਵੀ ਬਹੁਤ ਕਮਾਇਆ, ਬਹੁਤ ਕਮਾਇਆ, ਬਹੁਤ ਜੋੜਿਆ, ਬੜੇ ਤਾਕਤਵਰ ਇੱਕ ਪਾਸਿਓਂ ਹੋ ਗਏ, ਇੱਕ ਪਾਸਿਓਂ ਬਿਲਕੁਲ ਜ਼ੀਰੋ ਹੈ, ਕਦੀ ਧਿਆਨ ਹੀ ਨਹੀਂ ਗਿਆ ਵੀ ਇੱਧਰ ਵੀ ਕੁਝ ਨਾ ਕੁਝ ਜਮ੍ਹਾਂ ਕਰ ਲਈਏ, ਫਿਰ ਗੱਲ ਕਿਵੇਂ ਬਣੇਗੀ? ਬਰਾਬਰ
ਜਿੰਨਾ ਕੁ ਅਸੀਂ ਇੱਧਰ ਦੁਨੀਆ ਵਿੱਚ ਫਿਕਰਮੰਦ ਆ ਨਾ ਵੀ ਆਹ ਕੰਮ ਕਰਨਾ ਹੈ, ਜ਼ਰੂਰੀ ਹੈ, ਉਸੇ ਤਰ੍ਹਾਂ ਧਰਮ ਵਾਸਤੇ ਵੀ, ਵਾਹਿਗੁਰੂ ਦੀ ਯਾਦ ਲਈ ਵੀ ਵਕਤ ਕੱਢਣਾ, ਬਾਣੀ ਪੜ੍ਹਨੀ, ਗੁਰਬਾਣੀ ਨੂੰ ਵਿਚਾਰਨਾ, ਸੰਗਤ ਕਰਨੀ, ਅਤੇ ਸੰਗਤ ਵਿੱਚ ਮਿਲੇ ਹੋਏ ਉਪਦੇਸ਼ ਨੂੰ ਕਿਤੇ ਘੰਟਾ ਦੋ ਘੰਟੇ ਮਿਲੇ ਵਕਤ ਵਿੱਚ ਘੜੀ ਅੱਧੀ ਘੜੀ 5 ਮਿੰਟ 10 ਮਿੰਟ ਫਿਰ ਜੋ ਗੁਰੂ ਸੁਣਿਆ ਦਿੰਦਾ ਹੈ ਉਹਦੇ ਮੁਤੱਲਕ ਵੀ ਥੋੜ੍ਹਾ ਜਿਹਾ ਬਰੀਕੀ ਨਾਲ ਸੁਰਤ ਬਿਰਤ ਨੂੰ ਸੰਕੋਚ ਧਿਆਨ ਮਾਰੀਏ ਵੀ ਮਹਾਰਾਜ ਤੁਸੀਂ ਤਾਂ ਕਹਿੰਦੇ ਹੋ ਵੀ ਜਪਿਆ ਕਰੋ, ਅਸੀਂ ਸੁਣ ਆਈਦਾ, ਪਰ ਮਹਾਰਾਜ ਪ੍ਰੈਕਟੀਕਲ ਮੇਰਾ ਕੋਈ ਨਹੀਂ। ਅਰਦਾਸ ਕੀਤੀ ਹੈ ਮਹਾਰਾਜ ਤੇਰੇ ਚਰਨਾਂ ਵਿੱਚ ਵੀ ਅੱਜ ਮੈਂ ਬੈਠਣ ਲੱਗਾ, ਮੈਨੂੰ ਪਤਾ ਹੈ ਵੀ ਜਦੋਂ ਮੈਂ ਬੈਠ ਕੇ ਤੁਹਾਡੀ ਬੰਦਗੀ ਵਾਲੇ ਪਾਸੇ ਮੂਡ ਬਣਾਇਆ ਅਤੇ ਮੇਰੇ ਇਸ ਅਵੈੜੇ ਮਨ ਨੇ ਮੈਨੂੰ ਚੁੱਕ ਕੇ ਪਤਾ ਨਹੀਂ ਕਿੱਥੇ ਲਿਜਾ ਬਣਾਉਣਾ ਸੁਰਤ ਕਰਕੇ, ਅਤੇ ਵਾਹਿਗੁਰੂ ਤੁਸੀਂ ਕਿਰਪਾ ਕਰਿਓ ਇਹ ਭੱਜਣ ਵਾਲੇ ਮਨ ਨੂੰ ਤੁਸੀਂ ਡਾਂਗ ਲੈ ਕੇ ਰੋਕਿਓ, ਇਹ ਮੇਰੇ ਕਾਬੂ ਨਹੀਂ ਆਉਂਦਾ, ਬੜਾ ਤਾਕਤਵਰ ਹੈ, ਭੱਜ ਜਾਂਦਾ, ਮੇਰੇ ਸਮਝਾਉਂਦਿਆਂ ਸਮਝਾਉਂਦਿਆਂ ਝਕਾਨੀ ਦੇ ਕੇ ਮੇਰੇ ਤੋਂ ਦੂਰ ਲੰਘ ਜਾਂਦਾ ਉੱਡ ਅੱਡ ਕੇ। ਅਤੇ ਜਦੋਂ ਭਜਨ ਬੰਦਗੀ ਦਾ ਵੇਲਾ ਸਮਾਪਤ ਹੁੰਦਾ ਫਿਰ ਆ ਜਾਂਦਾ। ਅਤੇ ਵਾਹਿਗੁਰੂ ਜੀ ਦੇ ਨਾਲ ਕਰਨੀ ਹੈ ਬੰਦਗੀ ਹਿਰਦੇ ਕਰਕੇ ਮਨ ਕਰਕੇ, ਇਹ ਤਾਂ ਉੱਡਦਾ ਫਿਰਦਾ, ਤੁਸੀਂ ਕਿਰਪਾ ਕਰੋ ਇਹਦਾ ਉੱਡਣਾ ਬੰਦ ਕਰ ਦਿਓ, ਮੇਰੇ ਕੋਲ ਕੋਈ ਨਹੀਂ ਹੋਇਆ, ਮੈਂ ਬੜੀ ਮਿਹਨਤ ਕੀਤੀ ਹੈ, ਇਹ ਮੇਰੇ ਕਾਬੂ ਨਹੀਂ ਆਉਂਦਾ, ਤੁਸੀਂ ਕਿਰਪਾ ਕਰੋ ਜਾਂ ਤਾਂ ਮੈਨੂੰ ਤਾਕਤ ਬਖਸ਼ੋ ਵੀ ਮੈਂ ਇਹਦੀਆਂ ਉਡਾਰੀਆਂ ਤੁਹਾਡੀ ਕਿਰਪਾ ਨਾਲ ਹਟਾਵਾਂ, ਅਤੇ ਫਿਰ ਹੀ ਸਾਨੂੰ ਤੁਹਾਨੂੰ ਪਤਾ ਚੱਲੂ ਵੀ ਇਹ ਜਪਿਆ ਹੋਇਆ ਗੁਰਮੁਖੋ ਵਾਹਿਗੁਰੂ ਦੇ ਘਰ ਨਾਲ ਨਿਭਣਾ ਹੈ। ਸੁਕ੍ਰਿਤ ਕਰਨੀ ਸਾਰ ਜਪ ਮਾਲੀ, ਇਹਨੂੰ ਜਪ ਮਾਲੀ ਬਣਾਈਏ, ਹਿਰਦੈ ਫੇਰ ਇਹਨੂੰ ਹਿਰਦੇ ਵਿੱਚ ਫੇਰਿਆ ਕਰੀਏ। ਹੁਣ ਗੁਰਮੁਖੋ ਸਾਡੇ ਤੁਹਾਡੇ ਵਿੱਚੋਂ ਕੋਈ ਗੁਰੂ ਪਿਆਰਾ ਵਾਹਿਗੁਰੂ ਕਿਰਪਾ ਕਰੇ ਅੰਦਰ ਟਿਕਿਆ ਰੱਬ ਨਾਲ ਜੁੜਿਆ ਹੋਵੇ, ਨਾ ਤਾਂ ਉਹਨੂੰ ਕੋਈ ਦੁਨੀਆਦਾਰੀ ਵੇਖ ਸਕਦਾ ਵੀ ਇਹਦਾ ਹਿਰਦਾ ਫੇਰ ਰਿਹਾ ਮਾਲਾ, ਨਾ ਹੀ ਉਹ ਕਿਸੇ ਨੂੰ ਵਿਖਾ ਸਕਦਾ, ਕਿਉਂਕਿ ਧਰਮ ਜਿਹੜਾ ਹੈ ਨਾ ਇਹ ਵਿਖਾਵੇ ਦਾ ਨਹੀਂ। ਪਰ ਮੈਂ ਦੇਖਦਾ ਬਹੁਤਾਤ ਦੁਨੀਆ ਵਿੱਚ ਧਰਮ ਨੂੰ ਵੀ ਵਿਖਾਵਾ ਬਣਾਇਆ ਗਿਆ, ਵਿਖਾਵੇ ਮਾਤਰ, ਭੇਖ ਬਣਾ ਲਿਆ, 5-7 ਮਾਲਾ ਲੈ ਲਈਆਂ, ਚਮਕਦਾ ਗੜਵਾ ਹੱਥ ਵਿੱਚ ਫੜ ਲਿਆ ਬਈ ਵੇਖਣ ਨੂੰ ਲੱਗੇ ਵੀ ਇਹ ਬੰਦਾ ਧਰਮੀ ਹੈ। ਪਰ ਜਦੋਂ ਵੇਖਣ ਵਾਲਿਆਂ ਨੇ ਉਹਨਾਂ ਦੀ ਐਕਟੀਵਿਟੀ ਵੇਖੀ, ਉਹਨਾਂ ਦਾ ਉੱਠਣਾ ਬੈਠਣਾ ਵੇਖਿਆ, ਅਤੇ ਫਿਰ ਬਨਾਰਸ ਦੇ ਜੰਮਪਾਲ ਉਹਨਾਂ ਮਹਾਂਪੁਰਖਾਂ ਨੇ, ਬ੍ਰਹਮ ਗਿਆਨੀਆਂ ਨੇ ਇੱਕ ਗੱਲ ਕਹੀ ਵੀ ਤੁਸੀਂ ਧਰਮੀਆਂ ਵਾਲੀ ਵੇਸ਼ਭੂਸ਼ਾ ਬਣਾ ਲਈਏ, ਮਾਲਾ ਪਾ ਲਈਆਂ, ਗੜਵਾ ਹੱਥ 'ਚ ਫੜ ਲਿਆ, ਉਹ ਭੋਲਿਓ ਇਹ ਤੁਸੀਂ ਆਪ ਵੀ ਭੁਲੇਖੇ ਵਿੱਚ ਜੇ ਅਤੇ ਹੋਰਨਾਂ ਨੂੰ ਵੀ ਭੁਲੇਖੇ ਵਿੱਚ ਰੱਖ ਰਿਹਾ, ਇਹ ਬਰਬਾਦੀ ਹੈ। ਤੁਸੀਂ ਧਰਮ ਦਾ ਵਿਖਾਵਾ ਕਰਕੇ ਤੁਸੀਂ ਇਹ ਥੋੜ੍ਹਾ ਕਹਿ ਦਿਓਗੇ ਵੀ ਅਸੀਂ ਰੱਬ ਨੂੰ ਵੀ ਠੱਗ ਲਾਂਗੇ, ਬੰਦਾ ਠੱਗਿਆ ਜਾ ਸਕਦਾ, ਬੰਦਾ ਭੁਲੇਖੇ 'ਚ ਰਹਿ ਸਕਦਾ ਵੀ ਇਹ ਬੰਦਾ ਬੜਾ ਧਰਮੀ ਹੈ।
ਪਰ ਜਿਨ੍ਹਾਂ ਜਾਣਿਆ ਉਹਨਾਂ ਫਿਰ ਇੱਕ ਗੱਲ ਕਹੀ ਵੀ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਬੱਗ ਓਏ ਹਰ ਕੇ ਸੰਤ ਨਾਖੀਏ ਬਨਾਰਸ ਕੇ ਠੱਗ ਤੁਹਾਡੇ ਕੋਲ ਲੋਟਾ ਹੈ ਜਪ ਮਾਲੀ ਹੈ ਤੁਸੀਂ ਸਾਡੇ ਤਿੰਨ ਤਿੰਨ ਗਜ ਕੱਪੜੇ ਦੀਆਂ ਧੋਤੀਆਂ ਲੈ ਕੇ ਬੈਠੇ ਹੋ ਇਹ ਸਾਰਾ ਕੁਝ ਤਾਂ ਧਰਮ ਵਾਲਾ ਇਕੱਠਾ ਕਰ ਲਿਆ ਵੀ ਇਹ ਲਿਖਿਆ ਸੀ ਮਰਜ਼ਾਦਾ 'ਚ ਵੀ ਇਹ ਚੀਜ਼ਾਂ ਧਰਮੀ ਬਣਨ ਵਾਲੇ ਨੂੰ ਚਾਹੀਦੀਆਂ ਨੇ ਸਾਰਾ ਕੁਝ ਇਕੱਠਾ ਕਰ ਲਈਏ ਅਤੇ ਉਹਦੀ ਵਰਤੋਂ ਕਰਨੀ ਸਵਰਤੋਂ ਕਰਨੀ ਨਾ ਸਿੱਖੀਏ ਅਤੇ ਉਹ ਇਕੱਠੇ ਕੀਤੇ ਦਾ ਲਾਭ ਕੀ ਹੈ ਬਲਕਿ ਤੁਸੀਂ ਤਾਂ ਇਹ ਸਾਰਾ ਕੁਝ ਇਕੱਠਾ ਕਰਕੇ ਲੋਕਾਂ ਨੂੰ ਵਿਖਾ ਰਹੇ ਹੋ ਵੀ ਸਾਡੇ ਕੋਲ ਚਮਕਦਾ ਗੜਵਾ ਹੈ ਪੰਜ ਸੱਤ ਚੇਲੇ ਨੇ ਮਾਲਾ ਹੈ ਲੋਕਾਂ ਨੂੰ ਵਿਖਾਇਆ ਕਿ ਤੁਸੀਂ ਧਰਮੀ ਬਣ ਜਾਓਗੇ ਨਹੀਂ ਬਣਿਆ ਜਾਣਾ ਧਰਮ ਮੈਂ ਫਿਰ ਅਰਜ਼ ਕਰਾਂ ਗੁਰਮੁਖੋ ਇਹ ਵਿਖਾਵਾ ਨਹੀਂ ਹੈ ਨਾ ਹੀ ਇਹ ਕਿਸੇ ਨੂੰ ਵਿਖਾਉਣ ਦੀ ਲੋੜ ਹੈ ਜਿਸ ਜੀਵਨ ਦੇ ਵਿੱਚ ਇਹ ਹੈ ਨਾ ਮੰਗ ਬਈ ਮੈਂ ਇੰਨਾ ਪਾਠ ਕਰਦਾ ਮੈਂ ਇੰਨਾ ਸਿਮਰਨ ਕਰਨਾ ਮੈਂ ਲੋਕਾਂ ਨੂੰ ਦੱਸਾਂ ਨਹੀਂ ਲੋੜ ਹੀ ਨਹੀਂ ਗੁਰਮੁਖੋ ਧਰਮੀ ਸੱਚੀ ਮੁੱਚੀ ਦਾ ਹੋਵੇ ਸੱਚੀ ਮੁੱਚੀ ਦਾ ਉਹ ਬਿਨਾਂ ਬੋਲਿਆਂ ਵੀ ਜਿੱਥੋਂ ਲੰਘ ਜਾਏਗਾ ਨਾ ਬਿਨਾਂ ਬੋਲਿਆਂ ਵੀ ਉਹਦੇ ਜੀਵਨ ਦੀ ਕਮਾਈ ਹੋਈ ਹੈ ਜੀਵਨ ਸ਼ੈਲੀ ਐਸੀ ਹੈ ਵੀ ਹੁਣ ਇੱਥੇ ਤਾਂ ਅਸੀਂ ਘੰਟਿਆਂ ਬੱਧੀ ਲੈਕਚਰ ਬਣਦਾ ਫਿਰ ਕੁਝ ਨਹੀਂ ਪਰ ਉਹ ਕਿਤੇ ਚੁੱਪ ਕਰਕੇ ਵੀ ਲੰਘ ਜਾਣਾ ਹੁਣ ਸੱਚੀ ਮੁੱਚੀ ਰੰਗ ਰਤੜੇ ਉਹਨਾਂ ਦੀ ਲੰਘਣ ਦੀ ਸ਼ੈਲੀ ਲੋਕਾਂ ਦੇ ਜੀਵਨ ਨੂੰ ਪਲਟਾ ਕੇ ਰੱਖ ਦਿੰਦੀ ਪਰ ਹੋਵੇ ਪਖੰਡੀ ਨਾ ਹੋਵੇ ਹੋਵੇ ਸੱਚੀ ਮੁੱਚੀ ਦਾ ਕੋਈ ਧਰਮੀ ਪਰ ਸੱਚੀ ਮੁੱਚੀ ਦਾ ਲੱਭਦਾ ਕਿੱਥੇ ਹੈ ਰੌਲਾ ਜ਼ਿਆਦਾ ਹੈ ਪਰ ਜਿੰਨੀ ਮੁਸ਼ਕਤ ਮਿਹਨਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਵੀ ਧਰਮ 'ਤੇ ਚਾਹੀਦੀ ਓਨੀ ਹੈ ਨਹੀਂ ਅੱਜ ਸਾਹਿਬ ਕਹਿੰਦੇ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰੋ ਇਹਨੂੰ ਹਿਰਦੇ 'ਚ ਫੇਰ ਇਸ ਮਾਲਾ ਨੂੰ ਚੱਲੈ ਤੁਧ ਨਾਲੀ ਹਿਰਦੇ ਕਰਕੇ ਜਪਿਆ ਹਿਰਦੇ ਕਰਕੇ ਫੇਰੀ ਹੋਈ ਗੁਰਮੁਖਾ ਮਾਲਾ ਤੇਰੇ ਨਾਲ ਅੱਗੇ ਲੋਕ ਪ੍ਰਲੋਕ ਤੱਕ ਰੱਬ ਦੇ ਘਰ ਵਿੱਚ ਜਾਏਗੀ ਇਹ ਮਾਲਾ ਫੇਰਿਆ ਕਰ ਪਰ ਇਹ ਮਾਲਾ ਚੇਤੇ ਰੱਖੀ ਬਾਜ਼ਾਰੋਂ ਨਹੀਂ ਉਹ ਮਿਲਣੀ ਨਾ ਕਿਸੇ ਤੀਰਥ ਸਥਾਨ ਤੋਂ ਧਰਮ ਸਥਾਨ ਤੋਂ ਹੀ ਮਿਲਣੀ ਇਹ ਮਾਲਾ ਤੈਨੂੰ ਖੁਦ ਤਿਆਰ ਕਰਨੀ ਪੈਣੀ ਹੈ ਤਿਆਰੀ ਕਿਵੇਂ ਹੋਏਗੀ ਇਸ ਮਾਲਾ ਦੀ ਉਹ ਗੁਰਬਾਣੀ ਦੱਸੇਗੀ ਫੇਰਨੀ ਕਿਵੇਂ ਇਹ ਵੀ ਗੁਰਬਾਣੀ ਦੱਸੇਗੀ ਇਹ ਮਾਇਆ ਦੇ ਬਦਲੇ ਨਹੀਂ ਮਾਇਆ ਮਾਲਾ ਖਰੀਦੀ ਜਾਣੀ ਇਹ ਬਿਨਾਂ ਮਾਇਆ ਤੋਂ ਇਹ ਮਾਲਾ ਖਰੀਦੀ ਜਾਂਦੀ ਹੈ ਪਰ ਉਹਨੂੰ ਖਰੀਦਣ ਵਾਸਤੇ ਸੰਘਰਸ਼ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਬਾਣੀ ਪੜ੍ਹਨੀ ਪਏਗੀ ਗੁਰੂ ਜੀਵਨ ਜਾਚ ਇੱਦਾਂ ਦੀ ਬਖਸ਼ੇਗਾ ਵੀ ਇਸ ਢੰਗ ਨਾਲ ਆਪਣਾ ਜੀਵਨ ਬਣਾ ਬਈ ਬੈਠਿਆਂ ਉੱਠਿਆਂ ਉਸ ਅਕਾਲ ਪੁਰਖ ਦਾ ਨਾਮ ਹਿਰਦੇ ਕਰਕੇ ਜਪਿਆ ਕਰ ਇਹ ਮਾਲਾ ਗੁਰਮੁਖੋ ਨਾਲ ਜਾਏਗੀ ਅੱਗੇ ਬਖਸ਼ਿਸ਼ ਕੀਤੀ ਉਹਨੇ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਹੋਰਾਂ ਦੇ ਪਾਵਨ ਬੋਲ ਕਹਿੰਦੇ ਹਰ ਹਰ ਨਾਮ ਜਪੋ ਬਨ ਵਾਲੀ ਬਨਵਾਲੀ ਸ਼ਬਦ ਪਰਮਾਤਮਾ ਲਈ ਆਇਆ ਹੈ
ਕਹਿੰਦੇ ਨੇ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਹੇ ਭਾਈ, ਉਸ ਬਨਵਾਲੀ ਵਾਹਿਗੁਰੂ ਦਾ ਨਾਮ ਜਪੋ, ਜਪਣਾ ਚਾਹੀਦਾ। ਅਤੇ ਜਪਦਿਆਂ ਜਪਦਿਆਂ ਨਾਲ ਇਹ ਵੀ ਅਰਦਾਸ ਕਰਨੀ ਚਾਹੀਦੀ ਹੈ, ਕਰ ਕਿਰਪਾ ਮੇਲੋ ਸਤ ਸੰਗਤ, ਟੂਟ ਗਈ ਮਾਇਆ ਜਮ ਜਾਲੀ। ਜਪਦਿਆਂ ਜਪਦਿਆਂ ਵਾਹਿਗੁਰੂ ਦੀ ਮਦਦ ਵਾਸਤੇ ਵੀ ਗੁਹਾਰ ਲਾਉਣੀ ਚਾਹੀਦੀ ਹੈ ਵੀ ਵਾਹਿਗੁਰੂ ਜੀ ਮੈਨੂੰ ਸਤ ਸੰਗਤ ਬਖਸ਼ੋ। ਸਤ ਸੰਗਤ, ਸਤ ਸੰਗਤ ਵਿੱਚ ਬੈਠਿਆਂ ਮਾਇਆ ਦੀ ਜਿਹੜੀ ਆ ਜਾਲੀ ਹੈ ਨਾ, ਜਾਲੀ ਜਿਹੜੀ ਧਰਮ ਵਾਲੇ ਪਾਸੇ ਸਾਡਾ ਧਿਆਨ ਜਾਣ ਨਹੀਂ ਦਿੰਦੀ, ਇਹ ਮਾਇਆ ਦੀ ਜਾਲੀ, ਇਹ ਮਾਇਆ ਦੀਆਂ ਹੇਰ ਫੇਰ, ਹੋਰ ਕੀ ਬਈ। ਸਾਰਾ ਦਿਨ ਇੱਦਾਂ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਪੈ ਰਹਿ ਵੀ ਦਿਨ ਲੰਘ ਗਿਆ ਅਤੇ ਧਿਆਨ ਨਿਰੰਕਾਰ ਵਾਲੇ ਪਾਸੇ ਕੋਈ ਨਾ ਗਿਆ। ਇਹ ਮਾਇਆ ਦੀ ਜਾਲੀ ਹੈ ਵੀ ਜਿਹਨੇ ਸਾਡੀ ਸੁਰਤ ਨੂੰ ਨਿਰੰਕਾਰ ਵਾਲੇ ਪਾਸੇ ਲੰਘਣ ਹੀ ਨਹੀਂ ਦਿੱਤਾ, ਘੇਰ ਕੇ ਕੈਦ ਕਰਕੇ ਰੱਖਿਆ ਵੀ ਤੂੰ ਇੱਥੇ ਇਸ ਦੁਨੀਆਂ 'ਚ ਲੱਗਾ ਰਹੋ। ਇਹ ਜਾਲੀ ਨੂੰ ਪਾੜਨ ਦਾ, ਇਸ ਜਾਲੀ ਨੂੰ ਤੋੜਨ ਦਾ ਇੱਕ ਤਰੀਕਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਸਭ ਤੋਂ ਵੱਡਾ ਹੀ ਗੁਰਮੁਖਾ ਉਹ ਹੈ ਗੁਰੂ ਦੀ ਸੰਗਤ, ਬੈਠਿਆ ਕਰ ਸੰਗਤ ਵਿੱਚ, ਕਿਉਂਕਿ ਸੰਗਤ 'ਚ ਬੈਠਿਆਂ ਗੁਰੂ ਉਪਦੇਸ਼ ਬਖਸ਼ੇਗਾ ਅਤੇ ਇਹ ਜਾਲੀ ਟੁੱਟ ਜਾਏਗੀ। ਜਿਹੜੀ ਸੁਰਤ ਸਾਰਾ ਦਿਨ ਦੁਨੀਆਂ ਦੇ ਧੰਦੇ ਕਰਦਿਆਂ ਕਰਦਿਆਂ ਖਚਤ ਰਹਿੰਦੀ ਏ, ਇਹਨੂੰ ਸਮਝ ਪੈ ਜਾਏਗੀ ਵੀ ਨਹੀਂ, ਸਭ ਕੁਝ ਦੁਨੀਆਂ ਨਹੀਂ ਹੈ, ਮੈਂ ਆਪਣੇ ਲੋਕ ਪ੍ਰਲੋਕ ਵਾਸਤੇ ਵੀ ਕੁਝ ਨਾ ਕੁਝ ਇਕੱਤਰ ਕਰਨਾ ਹੈ। ਉਹ ਫਿਰ ਵਕਤ ਕੱਢਦਾ, ਉਹ ਫਿਰ ਬਾਣੀ ਲਈ, ਪ੍ਰਭੂ ਦੀ ਭਜਨ ਬੰਦਗੀ ਦੇ ਲਈ ਉਹ ਵਕਤ ਕੱਢਦਾ। ਅੱਗੇ ਬਖਸ਼ਿਸ਼ ਕੀਤੀ ਉਹਨੇ, ਹਰ ਹਰ ਨਾਮ ਜਪੋ ਬਨ ਵਾਲੀ, ਕਰ ਕਿਰਪਾ ਮੇਲੋ ਸਤ ਸੰਗਤ, ਟੂਟ ਗਈ ਮਾਇਆ ਜਮ ਜਾਲੀ। ਮਾਇਆ ਦੀ ਜਾਲੀ, ਵਾਹਿਗੁਰੂ ਤੁਸੀਂ ਕਿਰਪਾ ਕਰੋ, ਜਿਸ ਜੀਵ ਨੂੰ ਸੰਗਤ ਬਖਸ਼ ਦਿੰਦੇ ਹੋ, ਫਿਰ ਉਹ ਸੰਗਤ ਕਰਕੇ ਇਸ ਮਾਇਆ ਦੇ ਜਾਲ ਭਰਮ ਵਿੱਚੋਂ ਨਿਕਲ ਜਾਂਦਾ। ਅੱਗੇ ਕਿਰਪਾ ਕੀਤੀ ਉਹਨੇ, ਗੁਰਮੁਖ ਸੇਵਾ ਕਾਲ ਜਿਨ ਕਾਲੀ, ਜਿਸ ਨੇ ਗੁਰੂ ਦੇ ਸਨਮੁਖ ਹੋ ਕੇ, ਗੁਰਮੁਖੋ ਗੁਰੂ ਦੇ ਸ਼ਬਦ ਨੂੰ ਸੁਣਿਆ ਅਤੇ ਗੁਰੂ ਨੇ ਕਹਿ ਦਿੱਤਾ ਵੀ ਸਿੰਘਾ ਘਾਲਣਾ ਘਾਲਿਆ ਕਰ, ਤਿਆਰੀ ਕਰ ਲਈ ਉਸੇ ਦਿਨ ਤੋਂ ਘਾਲਣਾ, ਉਹ ਮਿਹਨਤ ਮੁਸ਼ੱਕਤ ਸ਼ੁਰੂ ਕਰਤੀ। ਗੁਰਮੁਖ ਸੇਵਾ ਕਾਲ ਜਿਨ ਘਾਲੀ, ਜਿਨ੍ਹਾਂ ਨੇ ਘਾਲਣਾ ਘਾਲੀ ਇਹ ਮਿਹਨਤ ਕੀਤੀ ਆ, ਤਿਸ ਘੜੀ ਹੈ ਸ਼ਬਦ ਸੱਚੀ ਟਕਸਾਲੀ। ਉਹਨਾਂ ਨੇ ਆਪਣੇ ਜੀਵਨ ਦੀ ਇਸ ਸ਼ੈਲੀ ਨੂੰ ਗੁਰੂ ਦੇ ਸ਼ਬਦ ਦੀ ਟਕਸਾਲ ਵਿੱਚ ਘੜ ਲਿਆ। ਲਾਈਫ ਸਟਾਈਲ, ਜੀਵਨ ਕਿੱਦਾਂ ਦਾ ਚਾਹੀਦਾ ਜਿਹੜਾ ਨਿਰੰਕਾਰ ਦੇ ਘਰ ਪ੍ਰਵਾਨ ਹੋਵੇ, ਉਹ ਫਿਰ ਉੱਦਾਂ ਦੇ ਜੀਵਨ ਦੀ ਘਾੜਤ ਨੂੰ, ਆਪਣੇ ਸੁਭਾਅ ਨੂੰ ਬਣਾਉਂਦੇ ਨੇ, ਮਿਹਨਤ ਕਰਦੇ ਨੇ। ਗੁਰੂ ਦੇ ਸ਼ਬਦ ਦੇ ਦੁਆਰਾ ਉਹ ਆਪਣੇ ਜੀਵਨ ਦੀ ਘਾੜਤ ਘੜਦੇ ਨੇ। ਸਾਹਿਬ ਕਹਿੰਦੇ ਨੇ ਨਾ, ਘੜੀਏ ਸ਼ਬਦ ਸੱਚੀ ਟਕਸਾਲ। ਹੁਣ ਤਾਂ ਚਲੋ ਆਹ
ਹੌਲੀ ਹੌਲੀ ਖਤਮ ਹੋ ਜਾਣਾ ਵੀ ਕੰਮ ਆ ਇੱਕ ਦੋ ਦੋ ਚਾਰ ਪੰਜ ਪੰਜ ਰੁਪਏ ਦੇ ਜਾਂ 10 ਰੁਪਏ ਵਾਲੇ ਸਿੱਕਿਆਂ ਦਾ, ਇਹ ਸਿਰਫ ਕਾਗਜ਼ ਰੂਪ ਦੇ ਰਾਹੀਂ ਜਾਂ ਵਿਦੇਸ਼ੀ ਤਰਜ਼ 'ਤੇ ਪਲਾਸਟਿਕ ਰੂਪ ਦੇ ਰਾਹੀਂ ਇਹ ਕਰੰਸੀ ਸਾਡੇ ਤੁਹਾਡੇ ਹੱਥਾਂ 'ਚ ਆਏਗੀ। ਪਰ ਪੁਰਾਤਨ ਸਮੇਂ ਵਿੱਚ ਜਿਹੜੇ ਸਿੱਕੇ ਨੇ ਮੋਹਰਾਂ ਰੂਪ ਦੇ ਰਾਹੀਂ, ਇਹ ਜਿੰਨੀ ਚੇਨ ਇਹ ਟਕਸਾਲਾਂ ਵਿੱਚ ਘੜੀ ਜਾਂਦੀ ਸੀ, ਟਕਸਾਲ ਤੋਂ ਮੁਰਾਦ ਵੀ ਇੱਕ ਕਾਰਖਾਨਾ ਹੈ, ਉਹਦੇ 'ਚ ਸਾਰਾ ਮਟੀਰੀਅਲ ਜਿਹਦੇ ਨਾਲ ਇਹ ਸਭ ਕੁਝ ਤਿਆਰ ਹੋਣਾ ਹੈ, ਉਹ ਸਿੱਕੇ ਘੜਨ ਵਾਲੀ ਇੱਕ ਟਕਸਾਲ ਹੁੰਦੀ ਸੀ, ਉਹਦੇ 'ਚ ਮੋਹਰ ਹੋਣੀ, ਉਹਦੇ 'ਚ ਉਹ ਸੰਚੇ ਬਣੇ ਹੋਣੇ, ਕਿੰਨਾ ਉਹ ਲਿਕਵਿਡ ਪਦਾਰਥ ਪਾਉਣਾ, ਫਿਰ ਮੋਹਰ ਲੱਗਣੀ, ਉਹ ਸਾਰੀ ਗੱਲਬਾਤ। ਇਸੇ ਤਰ੍ਹਾਂ ਗੁਰੂ ਦਾ ਸ਼ਬਦ ਇੱਕ ਟਕਸਾਲ ਹੈ, ਸ਼ਬਦ ਦੇ ਵਿੱਚ ਜਦੋਂ ਆਪਣੇ ਜੀਵਨ ਨੂੰ ਸ਼ਬਦ ਦੇ ਨਾਲ ਬਾਣੀ ਪੜ੍ਹਾਂਗੇ, ਸ਼ਬਦ ਦੇ ਸੰਪਰਕ ਵਿੱਚ ਆਵਾਂਗੇ, ਸ਼ਬਦ ਸਾਡੇ ਜੀਵਨ ਦੀ ਘਾੜਤ ਬਣਾਏਗਾ ਵੀ ਇੱਦਾਂ ਦੀ ਜੀਵਨ ਨੂੰ ਘਾੜ ਜੀਵਨ ਨੂੰ ਬਣਾ। ਗੁਰਮੁਖੋ ਜਿਨ੍ਹਾਂ ਨੇ ਢਾਲਿਆ, ਜਿਨ੍ਹਾਂ ਨੇ ਮਿਹਨਤ ਕੀਤੀ ਵੀ ਹਾਂ, ਗੁਰੂ ਕਹਿੰਦਾ ਲਾਲਚ ਵਾਲੀ ਬਿਰਤੀ ਛੱਡ ਦੇ, ਇੱਕੇ ਵਾਰੀ ਤਾਂ ਕੋਈ ਨਹੀਂ, ਹੌਲੀ 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 ਮਿਹਨਤ ਕਰਕੇ ਸੁਭਾਅ ਨੂੰ ਬਦਲ ਲਿਆ। ਫਿਰ ਗੁਰੂ ਨੇ ਕਿਹਾ ਵੀ ਆਹ ਵੀ ਬੁਰਿਆਈ ਹੈ, ਵੀ ਛੱਡ ਨਹੀਂ ਚੰਗੀ ਲੱਗਦੀ, ਹੌਲੀ ਹੌਲੀ ਉਹਦੇ 'ਤੇ ਮਿਹਨਤ ਕਰਕੇ ਉਹਦੇ ਤੋਂ ਵੀ ਆਪਣਾ ਖਹਿੜਾ ਛੁਡਵਾ ਲਿਆ, ਫਿਰ ਜੀਵਨ ਦੀ ਘਾੜਤ ਘੜੀ ਗਈ। ਅਤੇ ਸਾਹਿਬ ਕਹਿੰਦੇ ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ। ਜਿਨ੍ਹਾਂ 'ਤੇ ਵਾਹਿਗੁਰੂ ਦੀ ਸਵੱਲੀ ਨਦਰ ਹੋ ਗਈ, ਉਹਨਾਂ ਨੇ ਗੁਰੂ ਸ਼ਬਦ ਦੀ ਟਕਸਾਲ ਵਿੱਚ ਆਪਣੇ ਜੀਵਨ ਨੂੰ ਘੜ ਲਿਆ। ਉਹ ਜਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਓ, ਭਾਂਡਾ ਭਾਉ ਅੰਮ੍ਰਿਤ ਤਟਾਲ। ਉਹਨਾਂ ਨੇ ਵਾਹਿਗੁਰੂ ਦੀ ਭੈ ਭਾਵਨੀ ਵਿੱਚ ਵਿਚਰੇ ਵੀ ਵਾਹਿਗੁਰੂ ਵੇਖ ਰਿਹਾ, ਕੋਈ ਦੁਨੀਆਦਾਰ ਨਹੀਂ ਵੇਂਦਾ, ਪਰ ਜਿਹੜਾ ਮੈਂ ਕਰਮ ਕਰ ਰਿਹਾ ਪਰਮਾਤਮਾ ਤੋਂ ਲੁਕਿਆ ਛਿਪਿਆ ਨਹੀਂ, ਇੱਕ ਦਿਨ ਉਹਦੇ ਰੂਬਰੂ ਹੋਣਾ ਹੈ। ਅਤੇ ਫਿਰ ਕੀ ਜਵਾਬ ਦੇਵਾਂਗੇ? ਜਦੋਂ ਲੇਖਾ ਰੱਬ ਮਗੇਸੀਆਂ ਬੈਠਾ ਕੱਢ ਵਹੀ, ਤਾਂ ਅਸੀਂ ਇਹ ਥੋੜ੍ਹਾ ਕਹਾਂਗੇ ਵੀ ਮਹਾਰਾਜਾ ਮੇਰਾ ਨਹੀਂ, ਅਸੀਂ ਇਹ ਕਦੀ ਵੀ ਨਹੀਂ ਕਹਿ ਸਕਦੇ, ਕਿਉਂਕਿ ਪਰਮਾਤਮਾ ਵੇਖ ਰਿਹਾ। ਤੁਸੀਂ ਆ ਲੇਟੈਸਟ ਹੁਣ ਬਾਜ਼ਾਰ ਵਿੱਚ ਇੱਦਾਂ ਦੀ ਤਕਨੀਕ ਆਈ ਹੈ ਵੀ ਕੋਈ ਕਰਿੰਦਾ ਦੁਕਾਨ 'ਤੇ ਕਿਸੇ ਮਾਲਕ ਨੇ ਰੱਖ ਲਿਆ, ਮਾਲਕ ਕਿਤੇ ਇੱਧਰ ਉੱਧਰ ਚਲਾ ਗਿਆ, ਕਰਿੰਦੇ ਨੇ ਉਹਦੇ ਗੱਲੇ ਵਿੱਚੋਂ ਤਜੋਰੀ ਵਿੱਚੋਂ ਕੁਝ ਮਾਇਆ ਕੱਢ ਲਈ। ਉਹਨੂੰ ਪਤਾ ਨਹੀਂ ਸੀ ਵੀ ਮਾਲਕ ਨੇ ਉੱਪਰ ਖੂਫੀਆ ਕੈਮਰਾ ਲਾਇਆ ਹੋਇਆ, ਉਹ ਆਉਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਮਾਲਕ ਨੂੰ ਵੀ ਇੱਥੋਂ ਮਾਇਆ ਘੱਟ ਹੈ, ਕੱਢ ਲਈ। ਉਹ ਜਿਹੜੀ ਸ਼ੱਕ ਦੀ ਸੂਈ ਘੁੰਮੀ, ਉਹ ਜਿੰਨੇ ਕੁ ਕਰਿੰਦੇ ਰੱਖੇ ਉਹਨਾਂ 'ਤੇ, ਜਿਹਦੇ 'ਤੇ ਉਹਨੂੰ ਜ਼ਿਆਦਾ ਸ਼ੱਕ ਸੀ ਵੀ ਇਹ ਬੰਦਾ ਇੱਦਾਂ ਦਾ ਹੋ ਸਕਦਾ, ਉਹਦੀ ਉੱਠ ਉਹਨੂੰ ਪੁੱਛਿਆ ਵੀ ਪੁੱਤਰ ਦੱਸ, ਤੈਨੂੰ ਕੁਝ ਨਹੀਂ ਕਵਾਂਗੇ, ਤੂੰ ਮੰਨ ਜਾ। ਨਾ ਜੀ, ਜਿਹੜਾ ਚੋਰ ਹੁੰਦਾ ਨਾ, ਉਹ ਸਗੋਂ ਦੂਜਿਆਂ ਨਾਲੋਂ ਵੀ ਵੱਧ ਤਸੱਲੀਆਂ ਦਿੰਦਾ ਵੀ ਮੈਂ ਤਾਂ ਇੱਦਾਂ ਦਾ ਹੈ ਹੀ ਨਹੀਂ। ਉਹ ਕਹਿੰਦਾ ਵੀ ਚੰਗਾ ਫਿਰ ਤੂੰ ਨਹੀਂ, ਅਤੇ ਹੁਣ ਤੇਰੀਆਂ ਅੱਖਾਂ ਸਾਹਮਣੇ ਤੇਰੀ ਤਸਵੀਰ ਵਿਖਾਉਣੇ, ਫਿਰ ਤਾਂ ਨਹੀਂ ਨਾ ਤੂੰ ਮੁੱਕਰ ਸਕਦਾ। ਉਹ ਸਾਰਾ ਜੋ ਰਿਕਾਰਡਿੰਗ ਹੋਇਆ ਉਹ ਕੱਢ ਕੇ ਲੈਪਟੋਪ 'ਤੇ ਕੰਪਿਊਟਰ 'ਤੇ ਸਾਹਮਣੇ ਲਾ ਦਿੰਦੇ,
ਫਿਰ ਉਹਨੂੰ ਪੁੱਛਦੇ ਵੀ ਦੱਸ ਤੂੰ ਇਹ ਕੋਈ ਹੋਰ ਤਾਂ ਨਹੀਂ ਨਾ, ਫਿਰ ਉਹਨੂੰ ਮੰਨਣਾ ਪਈ। ਇਸੇ ਤਰ੍ਹਾਂ ਗੁਰਮੁਖੋ ਵਾਹਿਗੁਰੂ ਦੇ ਖੁਫੀਆ ਕੈਮਰੇ ਤੋਂ ਅਸੀਂ ਤਹਿਖਾਨਾ ਪੁੱਟ ਕੇ ਵੀ ਵਿੱਚ ਬਹਿ ਜਾਈਏ ਨਾ ਵੀ 100 ਫੁੱਟ ਤਹਿਖਾਨੇ ਵਿੱਚ ਕੋਈ ਨਹੀਂ ਵੇਖਦਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹ ਨਿਰੰਕਾਰ ਫਿਰ ਵੀ ਵੇਖਦਾ ਹੈ। ਉਸ ਵਾਹਿਗੁਰੂ ਦੀ ਡੈਰੀ ਵਿੱਚ ਤੇਰਾ ਸਾਰਾ ਰਿਕਾਰਡ ਨੋਟ ਹੋ ਰਿਹਾ ਹੈ, ਤੂੰ ਨਹੀਂ ਮੁੱਕਰ ਪਾਏਗਾ, ਮੁੱਕਰੇਗਾ ਵੀ ਅਤੇ ਖੋਲ੍ਹ ਕੇ ਸਾਰਾ ਕੁਝ ਸਾਹਮਣੇ ਵਿਖਾ ਦੇਣਾ ਵੀ ਆਹ ਕੌਣ ਹੈ, ਤੇਰੀ ਤਸਵੀਰ ਤੂੰ ਹੈ ਨਾ ਕੋਈ ਹੋਰ ਤਾਂ ਨਹੀਂ, ਫਿਰ ਕੋਈ ਕਿਵੇਂ ਮੁੱਕਰੇਗਾ। ਸਾਨੂੰ ਗੁਰਬਾਣੀ ਕਹਿੰਦੀ ਰੱਬ ਅੰਗ ਸੰਗ ਹੈ, ਨਾਲ ਹੈ, ਆਹ ਗੱਲ ਹੀ ਪੱਲੇ ਬੰਨਦੀ ਹੈ ਨਾ ਗੁਰਮੁਖੋ, ਨਾਲ ਹੈ। ਹਜ਼ਾਰਾਂ ਪਾਪ ਐਸੇ ਨੇ ਜਿਨ੍ਹਾਂ ਤੋਂ ਇੰਨੀ ਗੱਲ ਨੂੰ ਹੀ ਆਪਣੇ ਲਾਈਫ ਸਟਾਈਲ ਵਿੱਚ ਧਾਰਨ ਕੀਤਿਆਂ ਵੀ ਜਦੋਂ ਕੋਈ ਵੀ ਨਾਲ ਨਹੀਂ ਰੱਬ ਫਿਰ ਵੀ ਨਾਲ ਹੈ। ਹਜ਼ਾਰਾਂ ਪਾਪ ਨੇ ਜਿਹਦੇ ਤੋਂ ਬੰਦਾ ਫਿਰ ਬਚ ਸਕਦਾ। ਅਸੀਂ ਜਦੋਂ ਵੀ ਕੋਈ ਪਾਪ ਸਾਡੇ ਅੰਦਰ ਇਹ ਬਿਰਤੀ ਪੈਦਾ ਹੁੰਦੀ ਅਤੇ ਇਹੀ ਸੋਚ ਕੇ ਹੁੰਦੀ ਨਾ ਵੀ ਜਿਹਦੀ ਕੋਈ ਚੀਜ਼ ਚੁਰਾਉਣ, ਉਹ ਕਿਹੜਾ ਵੇਖਣ ਡਿਆ, ਮਾਲਕ ਤਾਂ ਇੱਥੇ ਹੈ ਨਹੀਂ, ਚੁੱਕ ਲਓ। ਕਿਸੇ ਦੀ ਗਏ ਹਾਜ਼ਰੀ ਵਿੱਚ ਹੀ ਅਸੀਂ ਸਾਨੂੰ ਅੱਲਾਸ਼ੇਰੀ ਮਿਲਦੀ ਹੈ ਨਾ ਇਹ ਪਾਪ ਕਰਮ ਕਰਨ ਵਾਸਤੇ ਵੀ, ਚੁੱਕ ਲਓ ਕਿਹੜਾ ਵੇਖਣ ਡਿਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਉਹ ਨਹੀਂ ਵੇਖਦਾ, ਪਰ ਇੱਕ ਅਸੀਂ ਤੁਸੀਂ ਰੋਜ਼ਾਨਾ ਬਚਨ ਪੜ੍ਹਦੇ ਹਾਂ ਵੀ ਉਹ ਵੇਖੈ, ਇਹ ਜਿਹੜਾ ਉਹ ਸ਼ਬਦ ਪਰਮਾਤਮਾ ਦਾ ਲਿਖਾ, ਉਹ ਵੇਖੈ ਉਹਨਾਂ ਨਦਰ ਨਾ ਆਵੇ, ਇਹ ਉਹਨਾਂ ਸ਼ਬਦ ਸਾਡੇ ਤੁਹਾਡੇ ਲਈ ਲਿਖਾਇਕ ਹੈ। ਬਈ ਰੱਬ ਵੇਖ ਰਿਹਾ, ਅਸੀਂ ਕਹਿੰਦੇ ਹਾਂ ਕਿਹੜਾ ਕੋਈ ਵੇਖ ਰਿਹਾ, ਉਹ ਵੇਖੈ ਉਹਨਾਂ ਨਦਰ ਨਾ ਆਵੇ, ਬਹੁਤਾ ਇਹ ਵਿਡਾਨ, ਇਹ ਬਹੁਤ ਵੱਡਾ ਉਸ ਪਰਮਾਤਮਾ ਵਾਹਿਗੁਰੂ ਦੀ ਇਹ ਕਲਾ ਹੈ। ਬਈ ਉਹ ਆਪ ਖੁਫੀਆ ਤੰਤਰ ਉਹਦਾ ਇਸ ਸਿਸਟਮ ਇੱਦਾਂ ਦਾ ਢਾਂਚਾ ਵਾਹਿਗੁਰੂ ਨੇ ਬਣਾਇਆ ਹੈ ਬਈ ਕੋਈ ਕਿਤੇ ਵੀ ਹੋਵੇ ਉਹਦੀ ਸਾਰੀ ਜਾਣਕਾਰੀ ਵਾਹਿਗੁਰੂ ਪਰਮਾਤਮਾ ਨੂੰ ਹੈ। ਅਤੇ ਅਸੀਂ ਫਿਰ ਕਹੀਏ ਵੀ ਮਹਾਰਾਜ ਮੈਂ ਬੜਾ ਵੱਡਾ ਧਰਮੀ, ਅਤੇ ਰੱਬ ਜੀ ਨੇ ਕਹਿਣਾ ਨਹੀਂ ਤੇਰੀ ਵੇਸ਼ਭੂਸ਼ਾ ਧਰਮੀਆਂ ਵਾਲੀ ਸੀ, ਤੂੰ ਧਰਮੀ ਨਹੀਂ ਹੈ। ਇਹੀ ਕਾਰਨ ਹੈ ਭਗਤ ਫਰੀਦ ਸਾਹਿਬ ਵਰਗੇ ਮਹਾਂਪੁਰਖਾਂ ਨੇ ਬੋਲ ਕਹਿ, ਪਰ ਉਹਨਾਂ ਦਾ ਆਪਣਾ ਲਾਈਫ ਸਟਾਈਲ ਇਹ ਨਹੀਂ ਸੀ, ਹੈ ਸਾਡੇ ਵਰਗਿਆਂ ਦਾ ਸੀ, ਪਰ ਉਹਨਾਂ ਨੇ ਗੱਲ ਆਪਣੇ 'ਤੇ ਲਾ ਕੇ ਕਹਿ ਦਿੱਤੀ ਵੀ ਫਰੀਦਾ ਕਾਲੇ ਮੈਂਡੇ ਕੱਪੜੇ, ਫਰੀਦ ਸਾਹਿਬ ਦੇ ਨਹੀਂ ਸੀ ਸਾਡੇ ਸੀ, ਕਿਉਂਕਿ ਸਾਡੇ ਆਦਤ ਸੁਭਾਅ ਇੱਦਾਂ ਦਾ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼, ਅੰਦਰ ਔਗਣਾਂ ਨਾਲ ਭਰਿਆ ਅਤੇ ਲੋਕ ਕਹਿੰਦੇ ਦਰਵੇਸ਼, ਦਰਵੇਸ਼ ਬਣਨਾ ਅਤੇ ਅੰਦਰ ਦੇ ਇਹ ਔਗਣ ਸੁੱਟਣੇ ਪੈਣਗੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤਿੱਤ ਤਿਸ ਘੜੀਐ ਸ਼ਬਦ ਸੱਚੀ ਟਕਸਾਲ, ਹਰ ਅਗੰਮ ਗੋਚਰ ਗੁਰ ਅਗੰਮ ਦਿਖਾਲੀ, ਵਿੱਚ ਕਾਇਆ ਨਗਰ ਲੱਦਾ ਹਰ ਪਾਲੀ। ਜਿਹੜਾ ਅਗੰਮ ਅਗੋਚਰ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਪਰਮਾਤਮਾ ਹੈ ਨਾ, ਜਿਹਦਾ ਅਗੰਮ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ, ਜਿਹੜਾ ਮੇਰੇ ਇੰਦਰੀਆਂ ਦੇ ਅਧੀਨ ਨਜ਼ਰ ਨਹੀਂ ਸੀ ਨਾ ਆਉਂਦਾ, ਇਹਨਾਂ ਅੱਖਾਂ ਨਾਲ ਅਗੰਮ ਅਗੋਚਰ ਸ਼ਬਦ ਬੜੀ ਵਾਰ ਬਾਣੀ ਵਿੱਚੋਂ ਪੜੋਗੇ, ਜਿਹੜਾ ਇਹਨਾਂ ਅੱਖਾਂ ਦੇ ਅਧੀਨ ਨਹੀਂ ਹੈ ਵੀ ਸਾਡੀ ਅੱਖ ਉੱਥੋਂ ਤੱਕ ਪਹੁੰਚ ਸਕੇ,
ਕਹਿੰਦੇ ਮੇਰੇ ਗੁਰੂ ਨੇ ਦਿਖਾ ਦਿੱਤਾ। ਅਤੇ ਹੁਣ ਪੜ੍ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਹਿਬ, ਕਹਿੰਦੇ ਬਾਹਰ ਢੂੰਡਣ ਅਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਹੁਣ ਬਾਹਰ ਦੀ ਭਟਕਣਾ ਖਤਮ ਹੋ ਗਈ, ਗੁਰੂ ਨੇ ਕਹਿ ਦਿੱਤਾ ਵੀ ਬਾਹਰ ਕੀ ਹੈ, ਵਾਹਿਗੁਰੂ ਪਰਮਾਤਮਾ ਤੇਰੇ ਅੰਦਰ ਹੀ ਹੈ, ਖੋਜਿਆ ਕਰ। ਸਾਹਿਬ ਕਿਰਪਾ ਕਰ ਰਹੇ ਨੇ, ਕਹਿਣ ਲੱਗੇ ਵਿੱਚ ਕਾਇਆ ਨਗਰ ਲੱਦਾ ਹਰ ਭਾਲੀ। ਅਖੀਰ ਵਿੱਚ ਕਹਿੰਦੇ ਹਮ ਬਾਰਕ ਹਰ ਪਿਤਾ ਪ੍ਰਤਪਾਲੀ, ਅਸੀਂ ਭੁੱਲੜ ਬਾਲਕ ਹਾਂ, ਬੱਚੇ ਹਾਂ, ਹਰੀ ਪਰਮਾਤਮਾ ਵਾਹਿਗੁਰੂ ਸਾਡਾ ਪਿਤਾ, ਸਾਡੀ ਪ੍ਰਤਪਾਲਨਾ ਕਰਨ ਵਾਲੇ ਨੇ। ਕਹਿੰਦੇ ਜਨ ਨਾਨਕ ਤਾਰੋ ਨਦਰ ਨਿਹਾਲੀ, ਵਾਹਿਗੁਰੂ ਤੁਸੀਂ ਸਾਡੇ ਪਿਤਾ ਹੋ, ਸਾਡੇ 'ਤੇ ਮਿਹਰ ਦੀ ਸਵੱਲੀ ਨਦਰ ਕਰੋ। ਮਿਹਰ ਦੀ ਨਦਰ ਕਰਕੇ ਨਾਨਕ ਦਾਸ ਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੁਸੀਂ ਤਾਰ ਦਿਓ, ਤੁਸੀਂ ਪਿਤਾ ਹੋ, ਅਸੀਂ ਤੁਹਾਡੇ ਬੱਚੇ ਹਾਂ। ਅਤੇ ਵਾਹਿਗੁਰੂ ਜੀ ਬੱਚੇ ਭੁੱਲਾਂ ਕਰਦੇ ਨੇ, ਪਿਤਾ ਉਹਨਾਂ ਦੀਆਂ ਭੁੱਲਾਂ ਨੂੰ ਫਿਰ ਨਜ਼ਰ ਅੰਦਾਜ਼ ਕਰਕੇ, ਅਣਡਿੱਠ ਕਰਕੇ ਫਿਰ ਆਪਣੇ ਕੰਠ ਨਾਲ ਲਾ ਲੈਂਦਾ। ਇਹੀ ਕਾਰਨ ਹੈ ਅਸੀਂ ਵਾਹਿਗੁਰੂ ਦੇ ਚਲਾਕ ਪੁੱਤਰ ਨਾ ਬਣੀਏ, ਚਲਾਕ ਚਤੁਰਾਈਆਂ ਵਾਲੇ ਭੋਲੇ ਬਣੀਏ, ਕਿਉਂਕਿ ਭੋਲੇ ਭਾਏ ਮਿਲੇ ਰਘੁਰਾਇਆ। ਕਬੀਰ ਸਾਹਿਬ ਵਰਗਾ ਮਹਾਂਪੁਰਸ਼ ਕਹਿੰਦਾ ਵੀ ਕਬੀਰ ਸਾਹਿਬ ਚਤੁਰਾਈਆਂ ਨਾਲ ਰੱਬ ਨੂੰ ਕੋਈ ਕਹੇ ਵੀ ਮੈਂ ਵੱਸ ਕਰ ਲਵਾਂਗਾ, ਨਹੀਂ। ਉਹ ਕਹਿੰਦੇ ਨੇ ਸੈਸ ਸਿਆਣਪ ਲਿਆ ਨਾ ਜਾਈਏ, ਚਤੁਰਾਈ ਨਾ ਚਤੁਰ ਭੁਜ ਪਾਈਏ, ਚਲਾਕੀਆਂ ਨਾਲ ਨਹੀਂ। ਕੋਈ ਪੁੱਤਰ ਬਹੁਤੀਆਂ ਚਲਾਕੀਆਂ ਕਰਦਾ ਹੋਵੇ, ਪਿਓ ਨੂੰ ਪਤਾ ਹੁੰਦਾ ਵੀ ਇਹ ਬੜਾ ਚੁਸਤ ਬਣਦਾ, ਉਹ ਫਿਰ ਪੇਪਰ 'ਚ ਕਢਾ ਕੇ ਬੇਦਖਲ ਕਰ ਦਿੰਦਾ ਵੀ ਇਹ ਬੜਾ ਚੁਸਤ ਬਣਦਾ, ਇਹਨੂੰ ਚਾਰ ਕੁ ਦੇਣੇ ਦੀ ਮੱਤ ਟਿਕਾਣੇ ਲਿਆਉਣੀ, ਇਹਨੂੰ ਬੇਦਖਲ ਕਰੋ। ਫਿਰ ਹਾਰ ਹੰਭ ਕੇ ਜਦੋਂ ਕੋਈ ਨਹੀਂ ਪੁੱਛਦਾ, ਉਦੋਂ ਫਿਰ ਆ ਡਿੱਗਦਾ ਵੀ ਨਹੀਂ ਬਾਪੂ ਮੈਂ ਗਲਤ ਸੀ, ਤੁਸੀਂ ਠੀਕ ਸੀ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਗੁਰਮੁਖੋ, ਉਹਦੇ ਪੁੱਤਰ ਹਾਂ ਅਸੀਂ, ਪਰ ਅਸੀਂ ਚਲਾਕ ਨਹੀਂ ਬਣਨਾ। ਪਿਓ ਨਾਲ ਕਾਹਦੀ ਚਲਾਕੀ, ਉਹ ਜਾਣਦਾ, ਕਿਉਂਕਿ ਪੁੱਤਰ ਨੇ ਪਿਓ ਨੂੰ ਨਹੀਂ ਜਨਮ ਦਿੱਤਾ, ਪਿਓ ਨੇ ਪੁੱਤਰ ਨੂੰ ਜਨਮ ਦਿੱਤਾ। ਪਿਓ ਜਾਣਦਾ ਮੇਰੇ ਪੁੱਤਰ ਦੀ ਕੀ ਕਰਤੂਤ ਹੈ, ਕੀ ਕਰਦਾ, ਕਿੰਨਾ ਕੋਲ ਬਹਿੰਦਾ, ਕਿੰਨਾ ਕੋਲ ਖੜੋਂਦਾ। ਭਾਵੇਂ ਪੁੱਤਰ ਚਲਾਕੀ ਕਰਕੇ ਉਹ ਸਭ ਕੁਝ ਛੁਪਾਵੇ, ਪਰ ਪਿਓ ਫਿਰ ਜਾਣਦਾ। ਗੁਰੂ ਕਿਰਪਾ ਕਰੇ, ਵਾਹਿਗੁਰੂ ਪਰਮਾਤਮਾ ਸਾਡਾ ਪਿਤਾ ਹੈ, ਅਸੀਂ ਪੜ੍ਹਦੇ ਹਾਂ ਇੱਕ ਪਿਤਾ ਇੱਕ ਸਿਖਿਆ ਮੁਬਾਰਕ। ਅਸੀਂ ਹਰ ਵਕਤ ਜਦੋਂ ਵੀ ਗੁਰਮੁਖੋਂ ਵਿਚਰਨਾ, ਗੱਲ ਚੇਤੇ ਰੱਖੀਏ ਵੀ ਪਰਮਾਤਮਾ ਪਿਤਾ ਸਾਡੇ ਹਰ ਕਰਮ ਦੇ ਉੱਪਰ ਉਹਦੀ ਨਜ਼ਰ ਹੈ। ਮੈਂ ਇੱਦਾਂ ਦਾ ਕਰਮ ਕੋਈ ਨਾ ਕਰਾਂ ਜਿਸ ਕਰਮ ਨੂੰ ਵੇਖ ਕੇ ਮੈਨੂੰ ਮਾਲਕ ਦੇ ਘਰ ਖੁਦ ਸ਼ਰਮਿੰਦਾ ਹੋਣਾ ਪਵੇ। ਗੁਰੂ ਕਿਰਪਾ ਕਰਨ, ਇਹ ਗੁਰੂ ਰਾਮਦਾਸ ਮਹਾਰਾਜ ਜੀ ਹੋਰਾਂ ਦਾ ਪਾਵਨ ਬੋਲ ਅਸੀਂ ਆਪਣੇ ਨਾਲ ਘਰ ਲੈ ਜਾਈਏ, ਆਪਣੇ ਜੀਵਨ ਵਿੱਚ ਇਹਨਾਂ ਬੋਲਾਂ ਨੂੰ ਜਿਉਣ ਲਈ ਗੁਰੂ ਕੋਲ ਅਰਦਾਸ ਬੇਨਤੀ ਕਰਕੇ ਹਿੰਮਤ ਮੰਗੀਏ, ਤਾਂ ਜੋ ਜੀਵਨ ਵਿੱਚ ਚੜ੍ਹਦੀ ਕਲਾ ਆਏ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।